ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਦੇਖ ਰਹੇ ਜੇ ਆਰੀਵਾਲ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਇਫਤਖਾਰ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰੋ ਪ੍ਰੈਸ ਤਾਂ ਕਿ ਸਾਡੀ ਆਉਣ ਵਾਲੀ ਹਰ ਨਈ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ ਬਾਸਾਨੀ ਔਰ ਉਹ ਵੀਡੀਓ ਦੇਖਣ ਸਭ ਤੋਂ ਪਹਿਲੇ। ਲਓ ਦੋਸਤੋ, ਅੱਜ ਅਸੀਂ ਆਪਣੇ ਆਰੀਵਾਲ ਐਨੀਮਲ ਟੀਵੀ ਤੇ ਆਪਣੇ ਵੀਰਾਂ ਵਾਸਤੇ ਇੱਕ ਤੀਜਨ ਮਾਈ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ। ਗੱਬਣੇ ਮੱਝ ਦੇਣ ਲੈਂਦੀ ਹੈ, ਬਾਕੀ ਦੀ ਜੋ ਵੀ ਡਿਟੇਲ ਹੈ ਜਿਸ ਤਰ੍ਹਾਂ ਦੀ ਵੀ ਉਹ ਆਪਾਂ ਲਵਾਂ ਦੇ ਮਾਲਕਾਂ ਕੋਲੋਂ, ਘਰੇਲੂ ਜਾਨਵਰ ਹੈ, ਵਪਾਰੀ ਕਿਸੇ ਹਜ਼ਰਾਤ ਕੋਲ ਨਹੀਂ ਹੈਗਾ। ਅਸੀਂ ਆਪਣੀ ਲੋਕੇਸ਼ਨਾਂ ਦੇ ਵੀਰਾਂ ਨਾਲ ਸ਼ੇਅਰ ਕਰ ਦਿੰਦੇ ਹਾਂ। ਤਹਿਸੀਲ ਆਰੀਵਾਲਾ, ਜ਼ਿਲ੍ਹਾ ਪਾਕਪਤਨ, ਖਾਸ ਆਰੀਵਾਲਾ ਆਪਣੀ ਲੋਕੇਸ਼ਨ ਹੈ। ਅਗਰ ਮੇਰੇ ਵੀਰਾਂ ਨੂੰ ਵੀਡੀਓ ਆਵੇ ਪਸੰਦ, ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਕੈਮਰਾਮੈਨ ਸਾਹਿਬ, ਜਾਨਵਰ ਦੀਆਂ ਕਰੋ ਤਸੱਲੀਆਂ। ਬੜਾ ਲਾਜਵਾਬ ਤੋਹਫ਼ਾ ਜਨਾਬ, ਇਹ ਕੱਢੀ ਖੁੱਡਾ ਪੁੱਠਾ ਕੈਮਰੇ ਦੀ ਨਜ਼ਰ ਹੈ। ਬੜਾ ਸੋਹਣਾ ਵਕ ਕੀਤੀਆਂ ਦੀ ਮੇਲੇ ਲਾਵੇਗੀ ਇਨਸ਼ਾਅੱਲਾ। ਬੜੀ ਵੱਡੀ ਮੱਝ, ਬੜੇ ਖੂਨਾਂ ਦੇ ਵਿੱਚ ਜਨਾਬ। 10 ਤੋਂ 15 ਮਣ ਦਾ, ਕਮ ਸੇ ਕਮ 15 ਮਾਣੇ ਦਾ ਵੇਟ ਹੋਣਾ ਜਨਾਬ। ਬੱਗੀ ਮੁੱਛ ਹੈ ਜਨਾਬ, ਬਿੱਲੀ ਅੱਖ ਜਨਾਬ। ਤੀਸਰਾ ਸੂਆ ਇਸ ਮੱਝ ਨੇ ਸੁਣਿਆ, ਝੋਟੀ ਕਹਿ ਲਓ, ਮੱਝ ਕਹਿ ਲਓ, ਜਿਵੇਂ ਸਾਡੇ ਵੀਰ ਖੁਸ਼ ਹੋਣ ਜਨਾਬ। ਬਾਕੀ ਜੈਨੂਇਨ ਗਰੰਟੀ ਸ਼ੁਦਾ ਇਹ ਤੀਸਰਾ ਸੂਆ ਹੈ ਜਨਾਬ। ਚੱਲ ਖੈਰ ਕਰਮਾ, ਥੋੜ੍ਹਾ ਜਿਹਾ ਜਾਨਵਰ ਕੈਮਰੇ ਦੀ ਵਜ੍ਹਾ ਤੂੰ ਪਰੇਸ਼ਾਨ ਕਰਦੀ ਹੈ, ਬਾਕੀ ਕਿਸੇ ਵੀਰ ਭਰਾ ਨੇ ਇਹ ਪਰੇਸ਼ਾਨੀ ਨਹੀਂ ਲੈਣੀ। ਸੋੜਾ ਸੋੜੀ ਫੜੀ ਆ, ਸਿੱਧਾ ਟੋਰ ਸਿੱਧਾ। ਸੱਤ ਕਿਲੋ ਜਨਾਬ, ਮਾਲਕ ਕਹਿੰਦੇ ਨੇ ਕਿ ਅਸੀਂ ਟਾਈਮ ਦਾ ਇਹਦਾ ਦੁੱਧ ਚੋਂਦੇ ਰਹੇ ਬਗੈਰ ਕਿਸੇ ਖਲ ਵੰਡੇ ਤੂੰ। ਬੰਦ ਯਾਰ, ਬੰਦ, ਡਰਦੀ ਮੱਝ ਬਿਲਕੁਲ ਸੌੜੀ ਬੰਦ ਹੈ। ਹੋਰ ਸੌੜੀ ਕਰ, ਹੋਰ ਸੌੜੀ, ਕਿੱਲਾ ਮਜ਼ਬੂਤ ਹੈ ਨਾ। ਯਾਰ ਸੌੜੀ ਕਿਹਾ ਸੀ ਤੈਨੂੰ, ਇਹਨੇ ਪਿਆਰ ਕਰ, ਇਹਨੂੰ ਪਿਆਰ ਕਰ। ਹੋਰ ਸੌੜੀ ਕਰ, ਦੋ ਬੁਲਾਵੇਂ ਦੇ, ਦੋ ਬੁਲਾਵੇਂ। ਖੁੱਡਾ ਪੁੱਟਾ ਕੈਮਰੇ ਦੀ ਨਜ਼ਰ ਹੈ, ਕਮ ਸੇ ਕਮ 2 ਫੁੱਟ ਦਾ ਜਨਾਬ ਖੁੱਡਾ ਹੈ ਇਸ ਮੱਝ ਦਾ। ਆ ਕਮਲੀ, ਕੁਛ ਨਹੀਂ ਕਹਿੰਦੇ ਤੈਨੂੰ, ਭਾਅ ਜੀ ਮੇਰੇ ਕੋਲ ਆ ਜਾਓ, ਤੁਸੀਂ ਨਾਲ ਨਾਲ ਗੱਲਾਂ 'ਤੇ ਦੱਸਦੇ ਰਹੇ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਭਾਈ ਜਾਨ, ਕੀ ਹਾਲ ਹੈ? ਠੀਕ ਠਾਕ। ਕੀ ਨਾਮ ਹੈ ਭਾਈ ਦਾ? ਮਨਸਬ ਅਲੀ। ਭਾਈ ਮਨਸਬ, ਜਾਨਵਰ ਆਪਾਂ ਕੈਮਰੇ ਦੀ ਨਜ਼ਰ ਕੀਤਾ, ਡਰਦੀ ਬੜੀ ਯਾਰ। ਕਿੰਨਾ ਸੁਆ ਸੁਣਿਆ ਜੀ? ਇਹ ਤੀਸਰਾ ਸੁਆ ਜੀ। ਗਰੰਟੀ ਸ਼ੁਦਾ? ਹਾਂਜੀ। ਘਰ ਦੀ ਮੱਝ? ਘਰ ਦੀ ਮੱਝ। ਵਪਾਰ ਦੀ ਤਾਂ ਨਹੀਂ? ਨਹੀਂ। ਠੀਕ ਹੋ ਗਿਆ, ਕਿੰਨੇ ਕੁ ਦਿਨ ਲੈ ਜਾਏਗੀ ਸੋਨ 'ਚ? ਇਹ 12 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਨੇ। 12 ਤਰੀਕ ਨੂੰ ਇਸ ਮੱਝ ਦੇ ਦਿਨ ਪੂਰੇ ਨੇ? ਹਾਂਜੀ। ਠੀਕ, ਬਾਕੀ ਕੋਈ ਦਿਨ ਦਾ ਅੱਗਾ ਪਿੱਛਾ ਹੋ ਸਕਦਾ, ਉਹ ਕੁਦਰਤ ਦੇ ਕੰਮ ਨੇ। ਹਾਂਜੀ। ਪਿਛਲੇ ਸੂਹੇ ਤੁਹਾਡਾ ਜਾਨਵਰ ਕਰਦਾ? ਹਾਂਜੀ। ਪਿਛਲੇ ਸੂਹੇ ਜਿਹੜਾ ਦੁੱਧ ਦੁੱਧ ਤੁਸੀਂ ਚੋਂਦੇ ਰਹੇ ਜੇ ਨਾ। ਹਾਂਜੀ ਵੀਰ ਮੇਰਿਆ, ਉਹ ਹੀ ਦੱਸਣਾ ਦੁੱਧ ਜੀ। 7 ਕਿਲੋ ਇੱਕ ਟਾਈਮ ਦਾ ਦੁੱਧ ਹੈ। 7 ਕਿਲੋ ਇੱਕ ਟਾਈਮ ਦਾ ਤੁਸੀਂ ਦੁੱਧ ਇਹਦਾ ਚੋਂਦੇ ਰਹੇ ਜੇ? ਹਾਂਜੀ। ਗਰੰਟੀ ਸ਼ੁਦਾ? ਗਰੰਟੀ ਸ਼ੁਦਾ। ਠੀਕ ਹੋ ਗਿਆ। ਪੱਠਿਆਂ ਤੇ ਉਹ ਵੀ ਕੋਈ ਸ਼ੈ ਨਹੀਂ ਪਾਉਂਦੇ ਨੇ? ਅੱਛਾ, ਵੰਡਾ ਕੋਈ ਚੀਜ਼ ਨਹੀਂ? ਅੱਛਾ, ਵਾਹ ਜੀ ਵਾਹ, ਮਾਸ਼ਾਅੱਲਾ। ਖਲ ਵੰਡਾ ਨਹੀਂ ਪਾਉਂਦੇ ਰਹੇ ਜੇ, ਪੱਠਿਆਂ ਤੇ ਇਹਦਾ ਦੁੱਧ ਚੋਂਦੇ ਰਹੇ ਜੇ? ਹਾਂਜੀ। ਠੀਕ ਹੋ ਗਿਆ, ਫਿਰ ਤਾਂ ਇਸ ਦਫਾ ਇਨਸ਼ਾਅੱਲਾ ਇਹਨੂੰ 8-9 ਲੀਟਰ ਟਾਈਮ ਦਾ ਕਰਨਾ ਚਾਹੀਦਾ ਇਨਸ਼ਾਅੱਲਾ। ਠੀਕ ਹੋ ਗਿਆ ਜੀ, ਜਿਹੜੇ ਆਪਾਂ ਪੈਸੇ ਲੈਣੇ ਨਾ, ਬਾਕੀ ਇਹਦੇ ਥਾਣ ਦੇ ਵਿੱਚ ਵਾਧਾ ਘਾਟਾ ਛੱਟਾ ਫਾਰ, ਉਹ ਟੋਟਲ ਆਪਣੀ ਜ਼ਿੰਮੇਵਾਰੀ ਹੈ, ਉਹਦੇ ਤੁਸੀਂ ਜ਼ਿੰਮੇਵਾਰ ਜੇ ਅਗਰ ਗੱਬਣ ਦਾ ਸੌਦਾ ਹੁੰਦਾ ਹੈ ਨਾ। ਹਾਂਜੀ। ਤੇ ਜਨਾਬ ਦਾ ਟੋਟਲੀ ਜ਼ਿੰਮੇਵਾਰੀ ਆਪਣੇ ਤੇ। ਬਿਲਕੁਲ। ਕਿੰਨੇ ਪੈਸੇ ਨੇ ਵੀਰ ਮੇਰੇ ਜਿਹੜੇ ਲੈਣੇ ਨੇ? ਜਿਹੜੇ ਲੈਣੇ ਨੇ ਨਾ ਉਹ ਦੱਸਣਾ ਇਹਦਾ ਜੀ, ਫਾਈਨਲ ਜੇ ਗੱਲ ਕਰਨੀ ਬਸ। 5,80,000 ਰੁਪਿਆ ਇਹਦੇ ਬਿਲਕੁਲ ਫਾਈਨਲ ਜਾਣ। ਅਗਰ ਕੋਈ ਵੀਰ ਭਰਾ ਆਪਣੇ ਕੋਲ ਚੱਲ ਤੇ ਆਉਂਦਾ ਹੈ, ਆਏ ਦੀ ਖੁਤੀਤ ਹੋ ਜਾਏਗੀ? ਹਾਂਜੀ ਹੋ ਜਾਏਗੀ, ਪਿਆਰ ਮੁਹੱਬਤ ਕਰ ਲਾਂਗੇ, ਪਿਆਰ ਮੁਹੱਬਤ ਹੋ ਜਾਏਗਾ। ਹਾਂਜੀ। ਠੀਕ ਹੋ ਗਿਆ। ਲਓ ਦੋਸਤੋ, ਮਾਲਕਾਂ ਦੀਆਂ ਤੁਸੀਂ ਗੱਲਾਂ ਸੁਣ ਲਈਆਂ ਨੇ ਜਨਾਬ। ਤੀਸਰਾ ਸੂਆ ਇਹ ਝੁੱਟੀ ਨੇ ਸੁਣਿਆ, 12 ਤਰੀਕ ਨੂੰ ਜਨਾਬ ਇਹਦੇ ਦਿਨ ਪੂਰੇ ਹੁੰਦੇ ਨੇ। ਅੱਜ ਤਰੀਕ 4 ਹੈ ਕਿ 3 ਹੈ?
ਅੱਜ 4 ਤਰੀਕ ਹੈ ਜਨਾਬ, 9ਵਾਂ ਮਹੀਨਾ ਹੈ। ਬਿਲਕੁਲ ਪਾਈਰੀ ਉਹ ਗੱਲਾਂ ਕਰ ਰਹੇ ਨੇ, ਕੋਈ ਵਪਾਰੀਆਂ ਵਾਲੀਆਂ ਗੱਲਾਂ ਨਹੀਂ, ਕਿ 5,80,000 ਰੁਪਇਆ ਇਹਦਾ ਫਿਲ ਵਕਤ ਫਾਈਨਲ ਹੈ। ਪਿਆਰ ਮੁਹੱਬਤ 19 ਇਨਸ਼ਾਅੱਲਾ ਅਸੀਂ ਵੀ ਕੋਸ਼ਿਸ਼ ਕਰਾਂਗੇ, ਜਦੋਂ ਕੋਈ ਵੀਰ ਭਰਾ ਰਾਬਤਾ ਕੀਤਾ ਤਾਂ ਕੋਸ਼ਿਸ਼ ਕਰਾਂਗੇ, ਜਿੰਨਾ ਵੀ ਪਿਆਰ ਮੁਹੱਬਤ ਹੋਇਆ ਜ਼ਰੂਰ ਕਰਾਵਾਂਗੇ। ਜਿਸ ਵੀਰ ਭਰਾ ਨੇ ਵੀ ਇਹ ਜਾਨਵਰ ਖਰੀਦਣਾ ਹੋਵੇ, ਸਾਡਾ ਰਾਬਤਾ ਅਤੇ ਵਟਸਐਪ ਨੰਬਰ 0300 ਪੂਰਾ 2790 673 0300 ਪੂਰਾ 2790 673 ਇਸ ਨੰਬਰ 'ਤੇ ਵੀਰਾਂ ਨੇ ਸਾਡੇ ਨਾਲ ਰਾਬਤਾ ਕਰ ਸਕਣਾ। ਬੜੇ ਘਣੇ ਜਨਾਬ ਖੁੱਲ੍ਹੇ ਹਵਾਨੇ ਵਾਲੀ ਹੈ, ਲੇਕਿਨ ਅਜੇ ਚੋਟੀ ਥੋੜ੍ਹੀ ਜੀ, ਇੱਕ ਤਾਂ ਕੈਮਰੇ ਦੀ ਨਜ਼ਰ ਤੋਂ ਡਰਦੀ ਹੈ, ਇੱਕ ਚੋਟੀ ਦਿਨ ਪੂਰੇ ਲੈਂਦੀ ਹੈ। ਇਸ ਦੇ ਨਾਲ ਹੀ ਆਪਣੇ ਮੇਜ਼ਬਾਨ ਇਫਤਖਾਰ ਅਮਜੋਈਨ ਦਿਓ ਇਜਾਜ਼ਤ, ਮਿਲਾਂਗੇ ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਦੇ ਨਾਲ। ਅੱਲਾ ਹਾਫਿਜ਼।